ਅੱਧੀ ਰਾਤੋਂ ਜੰਗਲਾਂ ਨੂੰ ਜਾ ਰਿਹਾ, ਹੁਣ ਪਿੱਛੇ ਕੋਈ ਸੁਨੇਹ ਨਹੀਂ, ਮਨ ਟੁੱਟਿਆ ਹੋਇਆ ਸੀ, ਹੋਰ ਟੁੱਟ ਗਿਆ। ਅੱਗੇ ਸ਼ਹਿਰ ਚੋਂ ਬਾਹਰ ਨਿਕਲਿਆ ਵੀ ਜੰਗਲ, ਕੋਈ ਰਹਿਣ ਨੂੰ ਘਰ ਨਹੀਂ ਮਿਲਣਾ, ਕੋਈ ਨੌਕਰ ਚਾਕਰ ਨਹੀਂ ਮਿਲਣਾ, ਮੰਗ ਕੇ ਖਾਣਾ ਪਏਗਾ ਲੋਕਾਂ ਦੇ ਧੱਕੇ, ਲੋਕਾਂ ਦੇ ਕਬੋਲ ਕਬੋਲ। ਭੁੱਖਾ ਰਹਿ ਸਕਦਾ ਜੜਾ ਪੱਤੇ ਖਾ ਕੇ ਗੁਜ਼ਾਰਾ ਕਰ ਸਕਦਾ, ਬਿਨਾਂ ਘਰ ਤੋਂ ਜੰਗਲਾਂ ਦੇ ਦਰਖਤਾਂ ਥੱਲੇ ਰਾਤ ਕੱਟ ਸਕਦਾ ਏ, ਜੇ ਇਹ ਕੁਝ ਕਰ ਸਕਦਾ ਏ ਤੇ ਜੋਗੀ ਹੋ, ਨਹੀਂ ਤਾਂ ਅਜੇ ਵੀ ਵਾਪਸ ਘਰੇ ਚਲਾ ਜਾ। ਮਨ ਨਾਲ ਸਵਾਲ ਜਵਾਬ ਹੋ ਰਹੇ ਨੇ, ਉੱਥੇ ਕੁਝ ਨਹੀਂ, ਕਿਵੇਂ ਰਹਾਂਗੇ, ਕੀ ਕਰਾਂਗੇ, ਚਾਰ ਕਦਮ ਪਿੱਛੇ ਮੁੜ ਪੈਂਦਾ। ਜਦ ਘਰ ਦੇ ਵੱਡੇ ਦੁੱਖ ਦੇਖਦਾ ਹਿਰਦਾ ਚੀਰਨ ਵਾਲੇ, ਫਿਰ ਜੰਗਲ ਨੂੰ ਤੁਰ ਪੈਂਦਾ ਵੀ ਇਹਦੇ ਨਾਲ ਤਾਂ ਜੰਗਲ 'ਚ ਸਾਧੂ ਬਣਨਾ ਹੀ ਚਾਹੀਦਾ। ਚਾਰ ਕਦਮ ਇੱਧਰ, ਚਾਰ ਇੱਧਰ, ਚਾਰ ਇੱਧਰ, ਚਾਰ ਇੱਧਰ। ਜਮਾਦਾਰਨੀ ਝਾੜੂ ਲਾ ਰਹੀ ਸੀ, ਡੰਡੇ ਦੇ ਨਾਲ ਝਾੜੂ ਬੰਨਿਆ ਸੀ, ਸ਼ਹਿਰ ਦੀ ਸਫਾਈ ਕਰਦੀ ਪਈ ਸੀ, ਕਿਉਂਕਿ ਉਹਨਾਂ ਨੂੰ ਰਾਤ ਨੂੰ ਵਿਹਲਾ ਸਮਾਂ ਹੁੰਦਾ, ਜਮਾਦਾਰਾਂ ਦੀ ਜਮੀਨ ਜਮਾਦਾਰੀ ਹੁੰਦੀ। ਉਹ ਝਾੜੂ ਬੰਨਿਆ ਹੋਇਆ ਵੱਡਾ ਸਾਰਾ ਡੰਡੇ ਨਾਲ ਸਫਾਈ ਕਰਦੀ ਸੀ, ਇਹ ਕਦੀ ਬੁਰਕਾ ਜਿਹਾ ਪਾਇਆ ਹੈ, ਬੋਰੀ ਜੀ ਸਿੱਟੀ ਹੈ, ਪਾਗਲਾਂ ਜੇ ਵਾਂਗੂ ਬਣਿਆ ਹੋਇਆ, ਕਦੀ ਇੱਧਰ ਕਦੀ ਇੱਧਰ, ਚਾਰ ਕਦਮ। ਉਹਨੂੰ ਅੜਚਣ ਲੱਗੀ, ਉਹਨੇ ਡੰਡੇ ਵਾਲਾ ਪਾਸਾ ਮਾਰਿਆ ਵੀ ਦੂਜਾ ਗਾਂ ਹੋ ਜਾ ਪਿਛਾਂ ਹੋ। ਰਾਜੇ ਦੇ ਜਦੋਂ ਵੱਜਿਆ ਤੇ ਰਾਜੇ ਨੇ ਕਿਹਾ ਵੀ ਗਿਆਨ ਹੋ ਗਿਆ ਵੀ ਹੁਣ ਇੱਕ ਪਾਸਾ ਦਾ ਘਰ, ਹੁਣ ਚੱਲ ਸਭ ਪਾਸੇ ਹੀ ਦੁੱਖ। ਉੱਥੋਂ ਫਿਰ ਰਾਜਾ ਜੰਗਲ ਵਾਲੇ ਪਾਸੇ ਤੁਰਿਆ। ਪਹਿਲਾਂ ਕੀ ਸੀ ਕਿ ਕਬੋਲ ਸਹਿ ਸਕਦਾ ਤੇ ਫਕੀਰ ਹੋ, ਇਹ ਵੀ ਪੜ੍ਹਾਈ। ਜੇ ਤੂੰ ਗੁਰੂ ਦੇ ਲੜ ਲੱਗਣਾ ਤੇ ਬੋਲ ਕਬੋਲ ਸਹਿਣ ਕਰੀ, ਤੜਫੀ ਨਾ ਜਾਈ ਵੀ ਮੈਨੂੰ ਉਹਨੇ ਕੀ ਕਹਿਤਾ, ਉਹਨੇ ਕੀ ਕਹਿਤਾ, ਉਹਨੇ। ਇਹ ਸਹਿਣੇ ਪੈਣੇ ਆ, ਇਹੀ ਇਹੀ ਬੰਦਾ ਬਣਾਉਂਦੇ ਆ, ਇਹੀ ਬੰਦਗੀ ਕਰਾਉਂਦੇ ਆ। ਰਾਤ ਕਥਾ ਵਿੱਚ ਪੰਕਤੀ ਆਈ ਸੀ, ਸੋ ਸੁੱਖ ਤੇ ਸ਼ਿਵ ਵਿਸ਼ ਬ੍ਰਹਮ ਡਰਾਣਾ, ਜੋ ਸੁੱਖ ਤੇ ਸ਼ਿਵ ਬ੍ਰਹਮ ਡਰਾਣਾ, ਸੋ ਸੁੱਖ ਹਮ ਸਾਜ ਕਰ ਜਾਣਾ। ਕਹਿੰਦੇ ਸੁੱਖ ਤੋਂ ਸ਼ਿਵਜੀ ਬ੍ਰਹਮਾ ਡਰਦੇ ਆ ਕਿ ਰੱਬਾ ਸੁੱਖ ਨਾ ਕਿਤੇ ਦੇ ਦੇ ਕਿ ਅਸੀਂ ਤੇਰੀ ਡਿਊਟੀ ਤੋਂ ਅਣਗਹਿਲੀ ਕਰ ਲਈਏ। ਸਾਡੀ ਡਿਊਟੀ ਬਹੁਤ ਵੱਡੀ ਹੈ। ਸ਼ਿਵਜੀ ਤੇ ਬ੍ਰਹਮਾ ਨੇ ਦੁੱਖ ਗਲ ਵਿੱਚ ਪਾਏ ਹੋਏ ਨੇ, ਦੁੱਖ ਲਏ ਹੋਏ ਆ ਕਿ ਸੁੱਖ ਦੇ ਨਾਲ ਅਸੀਂ ਭੁੱਲ ਜਾਵਾਂਗੇ, ਸਾਨੂੰ ਦੁੱਖ ਦੇ, ਦੁੱਖ ਮੰਗਦੇ ਆ। ਸ਼ਿਵਜੀ ਤੇ ਬ੍ਰਹਮਾ ਸੁੱਖਾਂ ਤੋਂ ਡਰਦੇ ਆ ਕਿ ਕਿਤੇ ਕੁੱਤਾ ਹੀ ਨਾ ਹੋ ਜਾਏ ਉਹਦੇ ਹੁਕਮ ਦੇ ਵਿੱਚ। ਸਾਡੀ ਡਿਊਟੀ ਬਹੁਤ ਵੱਡੀ ਹੈ, ਐਵੇਂ ਡਰ ਹੋਣਾ ਚਾਹੀਦਾ। ਸਭ ਨੂੰ ਡਰੇ ਤਾਂ ਕੰਮ ਕਾਰ ਕਰਦੇ ਆ, ਨੌਕਰੀ ਵਾਲਾ ਨੌਕਰੀ ਕਰਦਾ ਡਰ ਨਾਲ ਕਰਦਾ, ਸੇਵਕ ਵੀ ਇਸੇ ਕਰਕੇ। ਸਾਧੂ ਦੀ ਸੰਗਤ ਦੀ ਬੜੀ ਜ਼ਰੂਰਤ ਹੈ ਕਿ ਸਾਧੂ ਦਾ ਡਰ ਰਹਿੰਦਾ ਹੈ, ਡਰ ਰਹਿੰਦਾ ਹੈ ਲੱਖਾਂ ਗੁਣਾਂ ਤੋਂ ਬਚੀਦਾ। ਅਸੀਂ ਬਾਬਾ ਜੀ ਦੇ ਡਰ ਕਰਕੇ ਇੱਥੋਂ ਤੱਕ ਪਹੁੰਚੇ ਹਾਂ। ਜੇ ਉਹਨਾਂ ਦਾ ਡਰ ਨਾ ਹੁੰਦਾ ਮਹਾਂਪੁਰਖਾਂ ਦਾ, ਤੇ ਅਸੀਂ ਇੱਥੋਂ ਤੱਕ ਨਹੀਂ ਪਹੁੰਚ ਸਕਦੇ ਸੀ। ਇਸ ਕਰਕੇ ਸਾਧੂ ਸੰਗਤ ਦੀ ਲੋੜ ਹੈ। ਸਾਧੂ ਸੰਗਤ ਤੋਂ ਬਗੈਰ ਡਰ ਨਹੀਂ ਰਹਿੰਦਾ, ਭੈ ਨਹੀਂ ਰਹਿੰਦਾ, ਬੰਦਾ ਪਤਾ ਹੀ ਨਹੀਂ ਕਿਹੜੇ ਪਾਸੇ, ਕਿਹੜੇ ਝਟਕੇ 'ਚ ਕਿਹੜੇ ਪਾਸੇ ਜਾ ਵੜਨਾ। ਇਹ ਆ ਮਹਾਂਪੁਰਖ ਦੀ ਸੰਗਤ ਦੀ ਅੱਤ ਦੀ ਜ਼ਰੂਰਤ ਹੈ। ਡਰ ਰਵੇ ਸਾਨੂੰ, ਭੈ ਰਵੇ। ਉਹਨਾਂ ਨੇ ਇੰਨਾ ਭੈ ਸਿਖਾਇਆ, ਬਾਬਾ ਕੁੰਦਨ ਸਿੰਘ ਜੀ ਨੇ, ਬਾਬਾ ਖੇਮ ਸਿੰਘ ਜੀ ਨੇ ਇੰਨਾ ਭੈ ਸਿਖਾਇਆ ਕਿ ਅੱਜ ਵੀ ਅਸੀਂ ਉਹਨਾਂ ਤੋਂ ਉਵੇਂ ਹੀ ਡਰਦੇ ਹਾਂ ਜਿਵੇਂ ਉਹਨਾਂ ਦੇ ਹੁੰਦਿਆਂ ਡਰਦੇ ਸੀ, ਉਸ ਤੋਂ ਵੱਧ ਡਰਦੇ ਹਾਂ। ਆਖੋ ਸ੍ਰੀ ਵਾਹਿਗੁਰੂ।
ਵਾਹਿਗੁਰੂ। ਅੱਜ ਵੀ ਅਸੀਂ ਮੁਰਸ਼ਦ ਤੋਂ ਡਰਦੇ ਹਾਂ, ਅੱਜ ਵੀ ਸਾਨੂੰ ਡਰ ਹੈ। ਉਹਨਾਂ ਦੇ ਡਰ ਕਰਕੇ ਹੀ ਅਸੀਂ ਇਸ ਪਾਸੇ ਤੁਰ ਪਈਏ। ਕਲਯੁਗੀ ਜੀਵ ਇਹ ਮਹਾਂਪੁਰਖਾਂ ਦਾ ਡਰ ਹੈ। ਰਾਜਾ ਹੁਣ ਯੋਗੀ ਹੋ ਗਿਆ, ਇੱਥੇ ਤਾਂ ਜਮਾਦਾਰ ਜੀ ਨੇ ਇੱਕ ਪਾਸੇ ਕੀਤਾ, ਅੱਗੇ ਕਿਸੇ ਨੇ ਪਾਣ ਖਾ ਕੇ ਥੁੱਕ ਸਿੱਟੀ ਹੋਈ ਤੇ ਉਹ ਚਮਕੇ ਜਿਵੇਂ ਲਾਲ ਪਿਆ। ਰਾਜੇ ਨੇ ਕਿਹਾ ਵੀ ਲਾਲ ਹੈਗਾ ਚੱਕ ਲਈਏ, ਬੜਾ ਕੀਮਤੀ ਹੁੰਦਾ ਹੈ। ਐ ਮਨ ਲਾਲ ਚਕਾਰ ਨੇ ਭਰੇ ਪੀਕ ਸੇ ਹਾਥ। ਉਹ ਪਾਣ ਖਾ ਕੇ, ਕਿਸੇ ਨੇ ਪਾਣ ਸਪਾਰੀ ਖਾ ਕੇ ਥੁੱਕ ਸਿੱਟੀ ਸੀ ਤੇ ਚਮਕਦੀ ਸੀ ਲਾਲ ਵਾਂਗੂ। ਰਾਜੇ ਨੇ ਜਦੋਂ ਹੱਥ ਪਾਇਆ ਤੇ ਫਿਰ ਐ ਮਨ ਲਾਲ ਚਕਾਰ ਨੇ ਭਰੇ ਪੀਕ ਸੇ ਹਾਥ। ਤੂੰ ਤਾਂ ਰਾਜ ਭਾਗ ਲਾਲ ਛੱਡ ਕੇ ਆਇਆ ਔਰ ਸਕੀਨ ਕੇ ਸਾਥ, ਹੀਰੇ ਲਾਲ ਕੀਮਤੀ ਛੱਡ ਕੇ, ਸਖੀਆਂ ਦੇ ਰਾਣੀਆਂ ਮਹਾਰਾਣੀਆਂ ਛੱਡ ਕੇ ਆਇਆ ਹੈ ਤੇ ਹੁਣ ਇੱਥੇ ਲਾਲਚ ਪਿੱਛੇ ਪੀਕ ਨਾਲ ਹੱਥ ਭਰੇ। ਜਿਹਨੂੰ ਛੱਡ ਦਿੱਤਾ ਹੈ ਉਹਨੂੰ ਫਿਰ ਕੀ ਛੱਡਿਆ? ਮਾਂ ਬਾਪ ਛੱਡੇ ਦੇ ਹੋਰ ਬਣਾਈ ਫਿਰੇ, ਭੈਣਾਂ ਭਰਾ ਛੱਡੇ ਦੇ ਹੋਰ ਬਣਾਈ ਬੈਠੇ, ਧਰਮ ਪਤਨੀ ਛੱਡੇ ਦੇ ਹੋਰ ਬਣਾਈ ਬੈਠੇ। ਮਰ ਨਹੀਂ ਜਾਂਦਾ, ਛੱਡੇ ਕਿਉਂ ਨੇ? ਕਾਹਦੇ ਵਾਸਤੇ ਛੱਡੇ ਆ? ਲਾਲਚ ਕਾਰਨੇ ਭਰੇ ਪੀਕ ਸਿਆ। ਫਿਰ ਗੁਰੂ ਗੋਰਖ ਦੇ ਕੋਲ ਜਾ ਕੇ ਜੋਗੀ ਬਣਿਆ, ਕੰਨ ਪੜਾਏ, ਧੂਣੀਆਂ ਧਪਾਈਆਂ, ਮੰਗ ਮੰਗ ਕੇ ਖਾਧਾ, ਸਾਰੇ ਅੰਦਰੋਂ ਵਲ ਛਲ ਕੱਢੇ, ਭੁੱਲ ਗਿਆ ਕਿ ਮੈਂ ਰਾਜਾ ਹਾਂ, ਮੈਂ ਤਾਂ ਇੱਕ ਗੁਰੂ ਦਾ ਦਾਸ ਹਾਂ, ਜਿੱਥੇ ਮਰਜ਼ੀ ਖਿਲਾਰੇ ਰੱਬ ਨੂੰ ਮਿਲਣਾ। ਹੁਣ ਉੱਥੇ ਪਹੁੰਚ ਨਹੀਂ ਹੋ ਰਹੀ। ਬੜੇ ਬੜੇ ਜੋਗੀ ਸਾਧਨਾ ਸਾਧ ਕੇ ਕਮਾਈਆਂ ਕਰਕੇ ਟਿਕਾਣੇ ਤੇ ਪਹੁੰਚ ਰਹੇ ਨੇ, ਪਰ ਪਰਥਰੀ ਅਧੂਰਾ ਹੈ। ਗੁਰੂ ਨਾਨਕ ਸਾਹਿਬ ਗਏ, ਜਦੋਂ ਪਰਥਰੀ ਦੇ ਨਾਲ ਖੀਵਾ ਅੰਮ੍ਰਿਤਧਾਰੀ ਕਹਿ ਨਾਨਕ ਸੁਣ ਪਰਥਰ ਜੋਗੀ ਖੀਵਾ ਅੰਮ੍ਰਿਤਧਾਰੀ ਕਿ ਪੀਣਾ ਹੀ ਤੇ ਅੰਮ੍ਰਿਤਤਾ ਅੰਮ੍ਰਿਤ ਰਸ ਪੀ। ਪਰਥਰੀ ਨੂੰ ਗੁਰੂ ਸਾਹਿਬ ਨੇ ਕਈ ਬਚਨ ਨੇ ਸਿੱਧਾਂ ਦੀ ਗੋਸ਼ਟ ਵਿੱਚ ਪਰਥਰੀ ਦੇ ਨਾਲ ਸਵਾਲ ਜਵਾਬ ਨੇ। ਬੜੇ ਪਉ ਨਾਨਕ ਸੁਣ ਪਰਥਰ ਜੋਗੀ ਕਹੋ ਨਾਨਕ ਸੁਣ ਮੁੜ ਤੋਂ ਗੁੜ ਕਰ ਗਿਆਨ ਗੁੜ ਕਰ ਗਿਆਨ ਧਿਆਨ ਕਰ ਪਾਵੇ ਕਰਨੀ ਕਸ ਪਾਈ ਕਰ ਕਰਨੀ ਕਸ ਪਾਈਏ ਪਾਠੀ ਪਵਨ ਪ੍ਰੇਮ ਕਾ ਚੋਪਾ ਪਾਠੀ ਪਵਨ ਪ੍ਰੇਮ ਕਾ ਹੋਚਾ ਇਤ ਰਸ ਅਮਿਓ ਚੁਆਈਐ ਇੱਕ ਸ਼ਰਾਬ ਕੱਢਣ ਵਾਸਤੇ ਜਿਵੇਂ ਗੁੜ ਤੇ ਸਾਰਾ ਕੁਝ ਪੈਂਦਾ ਹੈ ਜਿਵੇਂ ਉਹਨੂੰ ਕੱਢੀ ਦਾ ਵਿੱਚੋਂ ਦਰ ਕੱਢੀ ਦਾ ਗੁਰੂ ਸਾਹਿਬ ਕਹਿੰਦੇ ਐਵੇਂ ਅੰਮ੍ਰਿਤ ਨਿਕਲਦਾ ਹੈ ਐਵੇਂ ਅੰਮ੍ਰਿਤ ਇਹਦਾ ਗਿਆਨ ਹੈ ਗੁੜ ਧਿਆਨ ਕਰਤਾ ਵੇ ਕਰ ਕਰਨੀ ਕਸ ਪਾਈਐ ਕਰਨੀ ਦੀ ਕਸ ਪਾਉਣੀ ਵਿੱਚ ਪਾਠੀ ਪਵਨ ਪ੍ਰੇਮ ਕਾ ਪੋਚਾ ਕਰਨੀ ਦੀ ਕਸ ਪਾਪ ਜਿਹੜੇ ਫੁੱਲ ਸੁਗੰਧੀ ਵਗੈਰਾ ਪਾਉਂਦੇ ਆ ਹੋਰ ਕੀ ਚੀਜ਼ਾਂ ਸੁਗੰਧੀ ਵਾਲੀਆਂ ਪਾਉਂਦੇ ਆ ਕਹਿੰਦੇ
ਫਿਰ ਇਸੇ ਤਰ੍ਹਾਂ ਭੱਠੀ ਬਣਾਉਣੀ ਹੈ, ਭਵਨ ਭਵਨ ਪ੍ਰੇਮ ਕਾ ਪੋਚਾ, ਪ੍ਰੇਮ ਦਾ ਪੋਚਾ ਲਾਉਣਾ, ਮਿੱਟੀ ਨਾਲ ਬੰਦ ਕਰਨੀ ਹਵਾ, ਇਸ ਤਰ੍ਹਾਂ ਸਮੇਂ ਚ ਆਈਏ, ਫਿਰ ਉਹਦਾ ਜਿਹੜਾ ਰਸ ਹੈ ਉਹ ਬਾਹਰ ਆਉਣਾ ਸ਼ੁਰੂ ਹੋਏਗਾ ਅਰਕ। ਕਹਿੰਦੇ ਬਾਬਾ ਮਨ ਮਤਵਾਰ, ਬਾਬਾ ਮਨ ਮਤਵਾਰ, ਨਾਮ ਰਸ ਪੀਵੇ ਸਹਿਜ ਰੰਗ ਰਚ ਰਹਿਆ, ਸਹਿਜ ਰੰਗ ਰਚ ਰਹਿਆ, ਅਹਿਨਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਤ ਗਿਆ। ਜਿਵੇਂ ਉਸ ਸ਼ਰਾਬ ਦਾ ਨਸ਼ਾ ਹੈ, ਇਵੇਂ ਫਿਰ ਇਸ ਸ਼ਰਾਬ ਦਾ ਵੀ ਨਸ਼ਾ ਹੈ ਅੰਮ੍ਰਿਤ ਦਾ। ਫਿਰ ਪ੍ਰੇਮ ਦੀ ਲਿਵ ਲੱਗੇਗੀ, ਅਨਾਹਤ ਸ਼ਬਦ ਵੱਜਣਗੇ, ਇਹ ਨਾਮ ਰਸ ਰੰਗ ਚੜ ਜਾਏਗਾ ਇਹਦਾ, ਫਿਰ ਆਪਣਾ ਰੰਗ ਦਿਖਾਏਗਾ। ਹਾਂਜੀ, ਪੂਰਾ ਸਾਚ ਪਿਆਲਾ ਸਹਿਜੇ, ਬੋਲਿਆ ਕਰ ਤੂੰ ਵੀ ਲੈ ਕਰ ਨਾਲ ਬੈਠਾ, ਕੀ ਕਰਦਾ ਤਿਸੇ ਪਿਆਏ ਜਾ ਕੋ ਨਦਰ ਕਰੇ, ਬੋਲ ਅੰਮ੍ਰਿਤ ਕਾ ਵਪਾਰੀ ਹੋਵੇ, ਕਿਆ ਮਦ ਸ਼ੂਸ਼ੇ ਪਾਉ ਤਰੇ। ਪੂਰਾ ਸਾਚ ਪਿਆਲਾ ਸਹਿਜੇ ਤਿਸੇ ਪਿਆਏ, ਇਹ ਰੱਬ ਦੀ ਨਜ਼ਰ ਨਾਲ ਮਿਲਦਾ ਹੈ, ਤੇ ਜਿਹਨੂੰ ਜਿਹੜਾ ਇਹਦਾ ਵਪਾਰੀ ਹੈ ਉਹ ਸ਼ਰਾਬ ਨੂੰ ਨੇੜੇ ਨਹੀਂ ਲੱਗਣ ਦਿੰਦਾ, ਝੂਠੇ ਨਸ਼ਿਆਂ ਨੂੰ, ਉਹ ਸੱਚਾ ਨਸ਼ਾ ਹੀ ਪੀਂਦਾ ਹੈ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪਰਵਾਨ ਪਿਆ, ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਮੁਗਤ ਬੇਕੁੰਠ ਕਰੇ ਗਿਆ। ਪਰਮਾਤਮਾ ਦਾ ਮਹਾਂਪੁਰਖ ਦਾ ਦਰ ਮਿਲੇ, ਦਰਸ਼ਨਾਂ ਵਾਸਤੇ ਸਾਧੂ ਹੋਣ ਪਿਆਰੇ ਆਪਣੇ, ਫਿਰ ਮੁਕਤੀ ਤੇ ਬੇਕੁੰਠ ਨੂੰ ਕੀ ਲੈਣਾ ਹੈ। ਸੰਗਤ ਹੋਵੇ, ਸਾਧੂ ਹੋਵੇ, ਪਰਮਾਤਮਾ ਦਾ ਨਾਮ ਅੰਮ੍ਰਿਤ ਬਾਣੀ ਹੋਵੇ, ਕਹਿੰਦੇ ਫਿਰ ਮੁਕਤੀ ਤੇ ਬੇਕੁੰਠਾਂ ਦੀ ਲੋੜ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ। ਸਿਫਤੀ ਰੱਤਾ ਸਦ ਬੈਰਾਗੀ, ਜੂਏ ਜਨਮ ਨਾ ਹਾਰੇ, ਕਹੋ ਨਾਨਕ ਸੁਣ ਪਰਥਰ ਜੋਗੀ, ਕੀ ਵਾਹ ਅੰਮ੍ਰਿਤ ਧਾਰੇ। ਇਹ ਹੈ ਸਿਫਤੀ ਰੱਤਾ, ਪਰਮਾਤਮਾ ਦੀ ਸਿਫਤ ਵਿੱਚ ਮਨ ਜੋੜ ਲਾ, ਸਦਾ ਹੀ ਬਰਾਗੀ ਹੈ, ਜੂਏ ਚ ਜਨਮ ਨਾ ਹਾਰੇ। ਕਹੋ ਨਾਨਕ ਸੁਣ ਪਰਥਰ ਜੋਗੀ, ਖੀਵਾ ਅੰਮ੍ਰਿਤਧਾਰੇ। ਮਨ ਟਕਾਉਣ ਦੀ ਲੋੜ ਹੈ, ਆਹਾ ਹੀ ਰੱਬ ਹੈ, ਮਨ ਟਕਾਉਣ ਦੀ ਲੋੜ ਹੈ, ਆਹਾ ਹੀ ਹੈ ਸਭ ਕੁਝ। ਜੇ ਮਨ ਨਾ ਟਿਕਿਆ ਤੂੰ ਚਲਾ ਜਾ ਕਾਸ਼ ਪਤਾਲ ਚ, ਮਾਰਿਆ ਉਡਾਰੀਆਂ, ਲੱਭਿਆ ਕਿੱਥੇ ਸੱਚਖੰਡ, ਕਿੱਥੇ ਰੱਬ ਰਹਿੰਦਾ ਹੈ, ਲੱਭਣਾ ਆਹਾ ਦਾ ਰੱਬ, ਇਹ ਤਾਂ ਸੱਚਖੰਡ ਹੈ। ਅਸੀਂ ਪਰਮਾਤਮਾ ਦੇ ਘਰ ਵਿੱਚ ਰਹਿੰਦੇ ਹਾਂ ਸੰਸਾਰ ਚ, ਤੇ ਜਰਨੇ ਜਰਨੇ ਵਿੱਚ ਪਰਮਾਤਮਾ ਹੈ, ਤੇ ਕਿੰਨਾ ਮੂਰਖ ਹੈ, ਰੱਬ ਰੱਬ ਕਰਦਾ ਫਿਰਦਾ, ਰੱਬ ਦੇ ਵਿੱਚ ਰੱਬ ਰੱਬ ਕਰਦਾ ਫਿਰਦਾ, ਇਸ ਤੋਂ ਅੰਨਾ ਕੌਣ ਹੋ ਸਕਦਾ। ਰੱਬ ਵਿੱਚ ਰਹਿੰਦਾ ਹੋਇਆ ਰੱਬ ਰੱਬ ਲੱਭਦਾ ਫਿਰਦਾ, ਖੁਦ ਪਰਮਾਤਮਾ ਦਾ ਨਿਵਾਸ ਹੈ। ਸਿਫਤੀ ਸਿਫਤਾਂ ਨਾਲ ਜੁੜ, ਸਦ ਬਰਾਗੀ ਬਣ, ਜੂਏ ਚ ਜਨਮਣਾ ਹਾਰ। ਕਹਿੰਦੇ ਨੇ ਪੇਕੇ ਸੁਣੇ ਕਹੇ ਸਭ ਤਾਂ ਹੀ, ਇੱਕ ਦੂਜੇ ਵੱਲ ਸੁਣ ਕੇ ਹੀ ਕਹਿ ਰਹੇ, ਰੱਬ ਉੱਥੇ ਆ, ਸੱਚਖੰਡ ਉੱਥੇ ਆ, ਤੂੰ ਉੱਥੇ ਜਾਣਾ, ਉੱਥੇ ਆ ਹੈ ਵੋ ਹੈ।
ਕਿਸੇ ਪਰਮਾਤ ਗੁਰਬਾਣੀ ਤਾਂ ਕਹਿੰਦੀ, ਗੁਰੂ ਸਭ ਜਗ੍ਹਾ, ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ।